ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਬੰਤਾ ਸਿੰਘ ਜੀ ਦੀ ਕਥਾ ਸਰਵਣ ਕਰਨ ਦੇ ਲਈ ਆਪ ਜੀ ਸਾਡੇ ਚੈਨਲ ਸਿੱਖੋਲੋਜੀ ਟੀਵੀ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਪ੍ਰੈਸ ਕਰਨਾ ਤਾਂ ਕਿ ਤੁਹਾਨੂੰ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ ਆਓ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਜਿਹੜੀ ਅਗੰਮੀ ਵਡਿਆਈ ਹੈ ਉਸ ਨੂੰ ਗਾ ਕਰਕੇ ਆਪਣੇ ਸਮੇਂ ਨੂੰ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੀਏ ਸਤ ਗੁਰੂ ਕਿਤਨੀ ਕੋ ਬੁਲੰਦ ਹਸਤੀ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਕ ਬੋਲ ਉਸ ਅਗੰਮੀ ਵਡਿਆਈ ਨੂੰ ਬਿਆਨ ਕਰਦੇ ਨੇ ਸਤ ਗੁਰੂ ਸਤ ਗੁਰੂ ਸਤ ਗੁਰੂ ਗੋਬਿੰਦ ਜੀਓ ਕਹਿੰਦੇ ਗੁਰੂ ਆਦ ਕਾਲ ਵਿੱਚ ਨਿਰਗੁਣ ਸਰੂਪ ਦੇ ਤੌਰ ਤੇ ਪਰਗਟ ਸੀ ਅੱਜ ਵੀ ਹੈ ਰਹੀਏ ਜਾਂ ਨਾ ਰਹੀਏ ਉਹ ਆਉਣ ਵਾਲੇ ਸਮੇਂ ਵਿੱਚ ਵੀ ਰਹੇਗਾ ਕਦੇ ਉਹ ਨਿਰਗੁਣ ਹੈ ਕਦੇ ਸਰਗੁਣ ਸਰੂਪ ਹੋ ਜਾਂਦਾ ਹੈ ਹੀ ਇਸ ਦਾ ਲਾਰਡ ਟ੍ਰਾਂਸੈਂਡੈਂਟ ਲਾਰਡ ਰੰਚਕਾ ਮਾਤਰ ਵੀ ਖੁਦਾ ਤੇ ਗੁਰੂ ਦੇ ਵਿੱਚ ਫਰਕ ਨਹੀਂ ਹੈ ਭਾਈ ਗੁਰਦਾਸ ਦੇ ਵੀ ਪਾਕ ਬੋਲ ਨੇ ਪਾਰ ਬ੍ਰਹਮ ਪੂਰਨ ਬ੍ਰह्म ਗੁਰੂ ਨਾਨਕ ਦੇਵ ਗੁਰੂ ਨਾਨਕ ਪਰਮਾਤਮਾ ਦਾ ਸਵਾਰੂਪ ਨੇ ਗੁਰੂ ਗੋਬਿੰਦ ਸਿੰਘ ਉਹਨਾਂ ਦਾ 10ਵਾਂ ਜਾਮਾ ਨੇ ਜੋਤ ਉਹਾ ਜੁਗਤ ਸਾਈ ਸਹਿਕਾਇਆ ਫੇਰ ਪਲਟਿਆ ਫਾਰਸੀ ਦੇ ਭਾਈ ਨੰਦ ਲਾਲ ਦੇ ਬੋਲ ਨੇ ਮੁਰਸ਼ਿਦੇ ਪਾ ਕੇ ਨੂਰ-ਏ-ਹਕ ਆਮਦ ਮੁਰਸ਼ਿਦੇ ਪਾ ਕੇ ਨੂਰ-ਏ-ਹਕ ਆਮਦ ਜੋ ਸ਼ਬਬ ਦਰਦਿਲਮ ਸਬਕ ਆਮਦ ਕਹਿੰਦੇ ਪ੍ਰਮਾਤਮਾ ਤੋਂ ਜਿਹੜਾ ਨੂਰ ਹੈ ਨਾ ਜਿਹੜੀ ਅਜ਼ਮਤ ਹੈ ਜਿਹੜੀ ਉਸ ਅਕਾਲ ਪੁਰਖ ਦੀ ਪ੍ਰਚੰਡ ਜੋਤ ਹੈ ਉਸ ਦੀ ਸਮੂਚੀ ਕਲਾ ਉਸ ਦੀ ਪ੍ਰਚੰਡ ਜੋਤ ਉਸ ਦੀ ਪ੍ਰਚੰਡ ਰੌਸ਼ਨੀ ਮੁਰਸ਼ਦ ਦਾ ਰੂਪ ਧਾਰਦੀ ਹੈ ਜਿਸ ਮੁਰਸ਼ਦ ਦਾ ਨਾਮ ਗੁਰੂ ਗੋਬਿੰਦ ਸਿੰਘ ਹੈ ਅਕਾਲ ਪੁਰਖ ਦੀ ਅਗੰਮੀ ਵਡਿਆਈ ਨਾਲ ਜਿਹੜਾ ਮੂਜਸਮਾ ਤਿਆਰ ਹੋਇਆ ਹੈ ਜਿਸ ਮੂਜਸਮੇ ਨੂੰ ਸ਼ਰੀਰ ਨੂੰ ਅਕਾਲ ਪੁਰਖ ਨੇ ਆਪ ਧਾਰਿਆ ਹੈ ਉਸ ਮੂਜਸਮੇ ਦਾ ਨਾਮ ਗੁਰੂ ਗੋਬਿੰਦ ਸਿੰਘ ਹੈ ਕਹਿੰਦੇ ਉਹ ਜਿਹੜਾ ਗੁਰੂ ਗੋਬਿੰਦ ਸਿੰਘ ਹੈ ਨਾ ਉਹਦੀ ਸ਼ਰਨ ਆਉਣ ਵਾਲਾ ਇਨਸਾਨ ਨਿਰਭਉ ਹੋ ਉੱਠਦਾ ਹੈ। ਉਹਨੂੰ ਵਿਕਾਰਾਂ ਦਾ, ਰੋਗਾਂ ਦਾ, ਸੋਗਾਂ ਦਾ ਭੈ ਨਹੀਂ ਰਹਿੰਦਾ। ਦਿਲਮ ਦਿਲ ਨੂੰ ਕਿਹਾ ਜਾਂਦਾ ਹੈ ਫਾਰਸੀ ਵਿੱਚ। ਕਹਿੰਦੇ ਉਹਦੇ ਦਿਲ ਵਿੱਚ ਸ਼ਬਕ ਤੋਂ ਭਾਵ ਹੈ ਸਿੱਖਿਆ, ਆਮਦ ਤੋਂ ਮਤਲਬ ਆਈ ਹੈ। ਵੀ ਗੁਰੂ ਪਰਮੇਸ਼ਰ ਦਾ ਸvaroop ਹੈ। ਔਰ ਜਿਹੜਾ ਉਸ ਦੀ ਸ਼ਰਨ ਰਵੇਗਾ ਉਸ ਨੂੰ ਕਿਸੇ ਦਾ ਭੈ ਨਹੀਂ ਰਹੇਗਾ ਬਾਣੀ ਦਾ ਇੱਕ ਫੁਰਮਾਨ ਹੈ ਪਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨਾ ਹਾਰਾ ਗੁਰੂ ਇਸ ਦਾ ਟੂਰ ਗੁਰੂ ਇਸ ਦਾ ਕ੍ਰੀਏਟਰ ਗੁਰੂ ਖੁਦਾ ਆ ਹੈ ਪਰਮਾਤਮਾ ਦੀਆਂ ਸਮੁੱਚੀਆਂ ਅਜ਼ਮਤਾਂ ਦਾ ਮਾਲਕ ਹੈ ਉਸ ਦਾ ਸਰਗੁਣ ਸਰੂਪ ਹੈ ਜੋ ਦੁਨੀਆ ਤੇ ਆਇਆ ਹੈ ਤੇ ਜਿਹੜੇ ਗੁਰੂ ਦੇ ਮਹਿਲ ਨੇ ਹੁਣ ਪਰਮੇਸ਼ਰ ਦਾ ਸਵਾਰੂਪ ਹੈ ਗੁਰੂ ਤੇ ਉਹਦੇ ਨਾਲ ਸੰਬੰਧ ਜਿਸ ਦਾ ਜੁੜੇਗਾ ਉਹ ਵੀ ਤੇ ਗੰਮੀ ਬਰਕਤਾਂ ਦਾ ਕੋਈ ਮਾਲਕ ਹੋਵੇਗਾ ਤੇ ਗੁਰੂ ਦੇ ਮਹਿਲ ਬਣ ਦਾ ਸੁਭਾਗ ਪ੍ਰਾਪਤ ਹੋਵੇਗਾ ਨਾ ਗੁਰੂ ਪਰਮੇਸ਼ਰ ਉਸ ਨੂੰ ਹੀ ਖਸਮ ਮਿਲੇਗਾ ਜਿਹਦੀ ਕੋਈ ਬੰਦਗੀ ਹੈ ਜਿਸ ਦੀ ਕੋਈ ਇਬਾਦਤ ਹੈ